आरटीआई दे राही सरकार तो सवाल पूछा गया कि पिछले एक साल दे विच मौजूदा विधायकों की जिहड़ी जायदाद आ पिछले एक साल दे विच कितनी वधी है। मिंटू गुलसरिया जी वो अज फेसबुक पर लाइव होए तो उन्होंने जिहड़ी जानकारी सांझी की थी, कहिंदे कि मैं सरकार तो आरटीआई राही पूछा कि भाई तुसी सानू दसो कि इस सरकार दे मौजूदा विधायक ते मंत्रियां ने जिहड़े हुण तक मैडिकल दे बिल जिहड़े आ ਉਹ ਕਿੰਨੇ ਕਲੇਮ ਕੀਤੇ ਆ ਅਤੇ ਕਿੰਨੇ ਵਸੂਲ ਪਾਏ, ਯਾਨੀ ਕਿ ਕਿੰਨੇ ਬਿੱਲ ਜਿਹੜੇ ਦਿੱਤੇ ਹੋਏ ਆ, ਕਿੰਨੇ ਉਹਨਾਂ ਨੇ ਪੈਸੇ ਹੁਣ ਤੱਕ ਜਿਹੜੇ ਆ ਉਹ ਲੈ ਲਏ। ਪਰ ਸਰਕਾਰ ਜਿਹੜੀ ਹੈ ਇਹਦਾ ਜਵਾਬ ਦੇਣ ਤੋਂ ਭੱਜ ਲਈ, ਉਹ ਕਹਿੰਦੇ ਜੀ ਇਹ ਤਾਂ ਉਹਨਾਂ ਦੀ ਨਿੱਜੀ ਜਾਣਕਾਰੀ ਹੈ ਅਤੇ ਇਸ ਕਰਕੇ ਅਸੀਂ ਇਸ ਬਾਰੇ ਖੁਲਾਸਾ ਨਹੀਂ ਕਰ ਸਕਦੇ। ਇਹ ਆਰਟੀਆਈ ਪਾਉਣ ਤੋਂ ਪਹਿਲਾਂ ਇਹ ਕੁਝ ਹੋਰ ਆਰਟੀਆਈਆਂ ਵੀ ਪਾਈਆਂ ਗਈਆਂ ਜਿਹਦੇ ਵਿੱਚ ਉਹਨਾਂ ਨੇ ਮਿੰਟੂ ਗੁਰੂਸਰੀਆ ਜੀ ਨੇ ਪੁੱਛਿਆ ਕਿ ਭਾਈ ਪਿਛਲੇ 2017 ਤੋਂ ਲੈ ਕੇ 2022 ਤੱਕ ਜਿਹੜੀ ਸਰਕਾਰ ਸੀ ਵਿਧਾਇਕ ਅਤੇ ਮੰਤਰੀਆਂ ਦੇ ਉਦੋਂ ਦੇ ਜਿਹੜੇ ਵਸੂਲ ਪਾਏ ਅਤੇ ਕਲੇਮ ਕੀਤੇ ਜਿਹੜੇ ਬਿੱਲ ਜਿਹੜੇ ਹੈ ਉਹਨਾਂ ਬਾਰੇ ਜਾਣਕਾਰੀ ਦਿੱਤੀ ਜਾਵੇ। ਪਿਛਲੀ ਸਰਕਾਰ ਦੇ ਵਿਧਾਇਕ ਅਤੇ ਮੰਤਰੀਆਂ ਦੇ ਜਿਹੜੇ ਮੈਡੀਕਲ ਬਿੱਲ ਜਿਹੜੇ ਕਲੇਮ ਕੀਤੇ ਜੇ ਵਸੂਲ ਪਾਏ ਜਿਹੜੇ ਆ ਉਹ ਦੱਸ ਦਿੰਦੀ ਆ ਸਰਕਾਰ, ਅਤੇ ਆਹ ਸਰਕਾਰ ਆ ਜਿਹੜੀ ਮੌਜੂਦਾ ਜਦੋਂ ਆਪਣੀ ਸਰਕਾਰ ਆ ਅਤੇ ਬਹੁਤੇ MLA ਜਿਹੜੇ ਆਪਣੇ ਆ 92 ਇਹਨਾਂ ਦੇ ਬਾਰੇ ਕੋਈ ਜਾਣਕਾਰੀ ਦੇਣ ਤੋਂ ਹੱਥ ਖੜ੍ਹੇ ਕਰ ਦਿੰਦੀ ਹੈ, ਕਹਿੰਦੇ ਕਿ ਇਹ ਉਹਨਾਂ ਦੀ ਨਿੱਜੀ ਜਾਣਕਾਰੀ ਹੈ। ਜੇ ਨਿੱਜੀ ਜਾਣਕਾਰੀ ਹੈ ਤਾਂ ਫਿਰ ਪਿਛਲੀ ਸਰਕਾਰ ਵਾਲੇ MLA ਦੀ, ਪਿਛਲੀ ਸਰਕਾਰ ਵਾਲੇ ਮੰਤਰੀਆਂ ਦੀ ਕਿਉਂ ਜਾਣਕਾਰੀ ਸਾਂਝੀ ਕੀਤੀ ਗਈ? ਜਾਣਕਾਰੀ ਸਿਰਫ ਮੈਡੀਕਲ ਬਿੱਲ ਕਲੇਮ ਜਾਂ ਫਿਰ ਵਸੂਲ ਪਾਏ ਦੇ ਹੀ ਨਹੀਂ ਦਿੱਤੀ ਗਈ। ਮਿੰਟੂ ਗੁਰੂਸਰੀਆ ਕਹਿੰਦੇ ਕਿ ਜਾਣਕਾਰੀ ਸਾਨੂੰ ਪਿਛਲੀ ਸਰਕਾਰ ਵਾਲੇ ਵਿਧਾਇਕਾਂ ਅਤੇ ਮੰਤਰੀਆਂ ਦੀ ਇਹ ਵੀ ਦਿੱਤੀ ਗਈ ਕਿ ਕਿਹੜੇ ਵਿਧਾਇਕ ਨੇ ਕਿੰਨਾ ਲੋਨ ਲਿਆ ਅਤੇ ਹੋਰ ਕੁਝ ਕੀ ਕੁਝ ਕੀਤਾ, ਕਦੋਂ ਕਦੋਂ ਲਿਆ ਲੋਨ, ਕਹਿੰਦੇ ਇਹ ਵੀ ਸਾਨੂੰ ਜਾਣਕਾਰੀ ਦਿੱਤੀ ਪਿਛਲੀ ਸਰਕਾਰ ਵਾਲਿਆਂ ਦੀ, ਕਾਂਗਰਸ ਸਰਕਾਰ ਵਾਲਿਆਂ ਦੀ। ਪਰ ਕਹਿੰਦੇ ਆਪਣੀ ਸਰਕਾਰ ਵਾਲਿਆਂ ਦੀ ਜਾਣਕਾਰੀ ਦੇਣ ਤੋਂ ਸਰਕਾਰ ਜਿਹੜੀ ਉਹ ਭੱਜ ਰਹੀ ਹੈ। ਜਦਕਿ ਖੁਦ ਅਰਵਿੰਦ ਕੇਜਰੀਵਾਲ ਦੇਸ਼ ਦੇ ਪ੍ਰਸਿੱਧ RTI ਐਕਟੀਵਿਸਟਾਂ ਦੇ ਵਿੱਚੋਂ ਰਹੇ ਆ, ਸਭ ਤੋਂ ਵੱਡੇ RTI ਐਕਟੀਵਿਸਟ ਜੇ ਮੈਂ ਕਹਾਂ ਤਾਂ ਗਲਤ ਨਹੀਂ। ਜੇ ਤੁਸੀਂ ਪਿਛਲੀਆਂ ਸਰਕਾਰਾਂ ਦੇ ਵੇਰਵੇ RTI ਦੇ ਰਾਹੀਂ ਸਾਂਝੇ ਕਰ ਸਕਦੇ ਹਾਂ ਅਤੇ ਉਹੀ ਵੇਰਵੇ ਜੇ ਇਸ ਸਰਕਾਰ ਦੇ ਪੁੱਛੇ ਜਾ ਰਹੇ ਆ ਤੁਹਾਨੂੰ ਤਾਂ ਉਹ ਕਿਉਂ ਇਹ ਗੱਲ ਕਹੀ ਜਾ ਰਹੀ ਹੈ ਕਿ ਇਹਨਾਂ ਦੇ ਨਿੱਜੀ ਹੈ, ਨਾ ਜਾਇਦਾਦਾਂ ਦਾ ਵੇਰਵਾ ਦਿੱਤਾ ਜਾ ਰਿਹਾ ਕਿ ਪਿਛਲੇ ਇੱਕ ਸਾਲ ਦੇ ਵਿੱਚ ਕਿੰਨੀ ਜਾਇਦਾਦ ਜਿਹੜੀ ਆ ਹੁਣ ਵਾਲੇ ਵਿਧਾਇਕਾਂ ਦੀ ਵੱਧ ਚੁੱਕੀ ਹੈ, ਨਾ ਜਿਹੜਾ ਮੈਡੀਕਲ ਬਿੱਲਾਂ ਦਾ ਦੱਸਿਆ ਜਾ ਰਿਹਾ। ਘੱਟੋ ਘੱਟ ਸਰਕਾਰ ਇਹੀ ਕਹਿ ਦੇਵੇ ਕਿ ਭਾਈ ਸਾਡੇ ਵਿਧਾਇਕਾਂ ਅਤੇ ਮੰਤਰੀਆਂ ਦੇ ਉੱਪਰ ਕੋਈ ਖਰਚਾ ਨਹੀਂ ਹੋਇਆ ਕਿਉਂਕਿ ਅਸੀਂ ਜਿਹੜੇ ਆ ਮੈਂ ਜਿਹੜੇ ਮੁਹੱਲਾ ਕਲੀਨਿਕ ਬਣਾ ਦਿੱਤੇ ਸੀਗੇ ਅਤੇ ਸਾਡੇ ਸਾਰੇ ਮੰਤਰੀਆਂ ਅਤੇ ਸਾਰੇ ਵਿਧਾਇਕਾਂ ਨੇ ਉੱਥੇ ਜਾ ਕੇ ਜਿਹੜੇ ਆ ਇਲਾਜ ਕਰਾ ਲਿਆ ਅਤੇ ਇਸ ਕਰਕੇ ਜਿਹੜੇ ਆ ਕੋਈ ਬਿੱਲ ਜਿਹੜਾ ਉਹ ਬਣਿਆ ਹੀ ਨਹੀਂ। ਇਹ ਕਹਿ ਦਿੰਦੀ ਸਰਕਾਰ ਜੇ ਆਪਦੀ ਖੜ੍ਹੇ ਕਰਨੇ ਸੀ ਤਾਂ ਘੱਟੋ ਘੱਟ ਇਹ ਗੱਲ ਕਹਿ ਦਿੰਦੀ ਸਰਕਾਰ, ਘੱਟੋ ਘੱਟ ਇਹ ਤਾਂ ਨਾ ਨਾ ਕਹਿੰਦੇ ਵੀ ਅਸੀਂ ਨਿੱਜੀ ਜਾਣਕਾਰੀ ਕਰਕੇ ਦੇ ਹੀ ਨਹੀਂ ਸਕਦੇ। ਜੇ ਬਚਣਾ ਹੀ ਸੀ, ਜੇ ਬਚਣਾ ਹੀ ਸੀ, ਜੇ ਸੱਚਾਈ ਦੱਸਣੀ ਹੀ ਨਹੀਂ ਸੀ ਤਾਂ ਫਿਰ ਇਹ ਗੱਲ ਕਹਿ ਦਿੰਦੇ ਕਿ ਬਈ ਮੁਹੱਲਾ ਕਲੀਨਿਕ ਦੇ ਵਿੱਚੋਂ ਸਾਰਿਆਂ ਨੇ ਇਲਾਜ ਕਰਾ ਲਿਆ, ਉੱਥੇ ਇਲਾਜ ਜਿਹੜੇ ਫ੍ਰੀ ਹੋਏ ਆ, ਕਿਸੇ ਦਾ ਜਿਹੜਾ ਕੋਈ ਵੀ ਮਤਲਬ ਪੈਸਾ ਲੱਗਿਆ ਹੀ ਨਹੀਂ। ਪਾਰਦਰਸ਼ਤਾ ਦੀ ਗੱਲ ਕਰਦੇ ਆ ਰਹੇ ਸੀਗੇ, ਗੱਲ ਕਰੀਏ ਆਪਾਂ CM ਸਾਹਿਬ ਭਗਵੰਤ ਸਿੰਘ ਮਾਨ ਲਗਾਤਾਰ ਪਾਰਦਰਸ਼ਤਾ ਦੀ ਗੱਲ ਕਰ ਰਹੇ ਵੀ ਸਾਡੀ ਸਰਕਾਰ ਪਾਰਦਰਸ਼ਤਾ ਹੈ, ਜਿੰਨਾ ਪੈਸਾ ਆਇਆ ਜਿੰਨਾ ਗਿਆ ਅਸੀਂ ਸਾਰਾ ਦੱਸ ਰਹੇ ਹਾਂ। ਫਿਰ ਕੀ ਕਾਰਨ ਹੈ ਵੀ ਇਹ, ਕਿਉਂਕਿ ਇੱਕ ਸਾਲ ਦੇ ਵਿੱਚ ਇਹ ਤਾਂ ਨਹੀਂ ਹੋ ਸਕਦਾ ਵੀ ਅਰਬਾਂ ਖਰਬਾਂ ਦੇ ਬਿੱਲ ਹੋਣਗੇ, ਫਿਰ ਆਖਿਰ ਇਹਨਾਂ ਬਿੱਲਾਂ ਨੂੰ ਲੁਕਾਉਣ ਦੀ ਲੋੜ ਕਿੱਥੇ ਕਿਉਂ ਪੈ ਰਹੀ ਹੈ ਸਰਕਾਰ? ਲੋੜ ਇਸ ਕਰਕੇ ਪੈ ਰਹੀ ਹੈ ਕਿ ਲੋਕ ਕਹਿਣਗੇ, ਆਪਾਂ ਤੁਹਾਨੂੰ ਚੇਤਾ ਹੋਊਗਾ ਕਿ ਆਪਾਂ ਜਿਹੜੀ ਗੱਲ ਕੀਤੀ ਸੀ ਸ਼ਾਇਦ ਕਾਫੀ ਟਾਈਮ ਹੋ ਗਿਆ, ਤਾਂ ਉਦੋਂ ਗੱਲ ਕੀਤੀ ਸੀ ਕਿ ਇਹਨਾਂ ਦੇ ਇੱਕ ਵਿਧਾਇਕ ਨਰਿੰਦਰ ਕੌਰ ਭਰਾ ਉਹ ਵੀ ਜਦੋਂ ਦਾਖਲ ਹੋਏ ਜਾ ਕੇ ਤਾਂ ਮੁਹੱਲਾ ਕਲੀਨਿਕਾਂ 'ਚ ਨਹੀਂ ਦਾਖਲ ਹੋਏ, ਕਿਸੇ ਹੋਰ ਹਸਪਤਾਲ ਦੇ ਵਿੱਚ ਹੋਏ ਦਾਖਲ। ਕੁਝ ਹੋਰ ਵੀ ਇਹਨਾਂ ਦੇ ਜਿਹੜੇ ਹੈਗੇ ਆ, ਇਹਨਾਂ ਦੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਦਾਖਲ ਹੋਏ ਜਾ ਕੇ ਦਿੱਲੀ ਤਾਂ ਜਦੋਂ ਇਹਨਾਂ ਨੇ ਵੇਈ ਨਦੀ ਤੋਂ ਪਾਣੀ ਪੀਤਾ ਉਦੋਂ ਵੀ ਜਿਹੜੇ ਉਹ ਖੁਲਾਸੇ ਜਿਹੜੇ ਇਹ ਹੋ ਜਾਣੇ ਆ ਲਖਵਿੰਦਰ ਜੀ ਜੇ ਬਿੱਲ ਦਿੰਦੇ ਆ ਕਿ ਲੋਕਾਂ ਨੂੰ ਤਾਂ ਭਗਵੰਤ ਮਾਨ ਜੀ ਇਹ ਕਹਿੰਦੇ ਆ ਕਿ ਇੰਨੇ ਲੱਖ ਬੰਦਾ ਠੀਕ ਹੋ ਕੇ ਚਲਿਆ ਗਿਆ ਜੀ ਮੁਹੱਲਾ ਕਲੀਨਿਕਾਂ ਦੇ ਵਿੱਚੋਂ, ਅਤੇ ਆਪਣੇ ਵਿਧਾਇਕਾਂ ਦੇ ਇੰਨੇ ਮਹਿੰਗੇ ਮਹਿੰਗੇ ਇਲਾਜ ਹੋ ਰਹੇ, ਆਪਣੇ ਮੰਤਰੀਆਂ ਦੇ ਇੰਨੇ ਮਹਿੰਗੇ ਮਹਿੰਗੇ ਇਲਾਜ ਹੋ ਰਹੇ ਆ, ਇਹ ਵੀ ਲੋਕਾਂ ਦੇ ਸਾਹਮਣੇ ਜਿਹੜੀ ਗੱਲ ਸਾਹਮਣੇ ਆ ਜਾਣੀ ਸੀਗੀ। ਸੋ ਇਸ ਹੋ ਸਕਦਾ ਕਿ ਇਸ ਕਰਕੇ ਜਿਹੜਾ ਨਾ ਦੱਸਿਆ ਜਾ ਹੋਵੇ। ਨਵਾਂ ਹੀ ਟ੍ਰੈਂਡ ਜਿਹੜਾ ਚੱਲ ਪਿਆ ਇਹ ਵੀ 70 ਸਾਲਾਂ 'ਚ ਪਹਿਲੀ ਵਾਰ ਵਾਲੀ ਗੱਲ ਹੀ ਹੈ, ਮਤਲਬ ਇਹ ਹਰ ਚੀਜ਼ ਕਰਕੇ ਕਹਿ ਦਿੰਦੇ ਆ ਕਿ 70 ਸਾਲਾਂ 'ਚ ਪਹਿਲੀ ਵਾਰੀ ਹੋਈ ਹੈ, 70 ਸਾਲਾਂ 'ਚ ਪਹਿਲੀ ਵਾਰੀ ਹੋਈ ਹੈ, ਔਰ ਜਿਹੜੇ ਮਾੜੇ ਕੰਮ ਇਸ ਸਰਕਾਰ ਦੇ ਵਿੱਚ ਹੋ ਰਹੇ ਆ ਉਹ ਵੀ 70 ਸਾਲਾਂ 'ਚ ਪਹਿਲੀ ਵਾਰੀ ਹੋਣ ਵਾਲੀ ਜਿਹੜੀ ਗੱਲ ਸਾਹਮਣੇ ਆ ਰਹੀ ਹੈ। ਆਮ ਲੋਕਾਂ ਦੀ ਸਰਕਾਰ
आम लोगों की गल करने वाली सरकार एक बार फिर तो खुद विवादों के आई है, क्योंकि पंजाब की सरकार लोगों की सरकार कहाने वाली आम लोगों की सरकार कहाने वाली सरकार आम लोगों के सवालों तो भजदी हुई नज़र आ रही है। हुण इसका एक नवा मामला उठा आरटीआई के मामले के बड़े खुलासे हुए ने। कई मामला सी आरटीआई के आकर पूछा की गया सी जिस तो सरकार भजदी नज़र आई है। इस बारे ज़्यादा चर्चा के लिए मेरे नाल जुड़े हुए हैं सुखविंदर सिंह सिद्धू साहब। सिद्धू साहब, आम लोगों की सरकार, वो सरकार, वो सीएम जिन्हें लोगों को सवाल पूछने सिखाए सी, लेकिन जो हुण आप सत्ता दे विच आए, लोगों ने सवाल पूछे ने तो सरकार भजदी नज़र आ रही है। आखिर पूरा मामला की है, किस मामले के उपर सरकार भजदी नज़र आ रही है? देखो, एक मामले ते नहीं भजदी हुई नज़र आई सरकार, कई मामलों पर कई बार सवालों पर जी भजदी नज़र आई है सरकार। आपां नवें की गल कर लैने, आरटीआई की गल कर लैने, इस तो पहला जिहड़े मानक गोयल ने पंजाब के प्रसिद्ध आरटीआई एक्टिविस्ट ने, वह भी बहुत वारी यह कह चुके हैं कि सरकार जिहड़ी आ आरटीआई के सवालों के जवाब देने तो भी भज्जन लग गया, जबकि अरविंद केजरीवाल जिहड़े आ देश के मन्ने परमन्ने आरटीआई एक्टिविस्टां दे विचों एक सी, सब तो वड्डे आरटीआई एक्टिविस्टां दे विचों एक अरविंद केजरीवाल जिहड़े आ उह हैगे सीगे, खुद आरटीआई दे राहीं जिहड़े जानकारी मंगण दे लई उत्साहित करदे रहे आ लोकां नूं, ਤਾਂ ਇਹਨਾਂ ਨੂੰ ਵਰਤ ਕੇ ਵਿਰੋਧੀਆਂ ਨੂੰ ਜ਼ਰੂਰ ਭੰਡਦੇ ਵੀ ਰਹੇ ਆ ਅਰਵਿੰਦ ਕੇਜਰੀਵਾਲ। ਤਾਂ ਖੁਦ ਹੁਣ ਜਦੋਂ ਉਹਨਾਂ ਦੀ ਸਰਕਾਰ ਆਈ ਹੈ ਤਾਂ ਉਹ ਜਿਹੜੀ ਸਰਕਾਰ ਹੈ ਉਹ ਆਰਟੀਆਈ ਦੇ ਸਵਾਲਾਂ ਦੇ ਵੀ ਜਵਾਬ ਦੇਣ ਤੋਂ ਭੱਜਣ ਲੱਗੀ ਹੈ। ਹੁਣ ਨਵਾਂ ਮਾਮਲਾ ਜਿਹੜਾ ਸਾਹਮਣੇ ਆਇਆ ਕੱਲ੍ਹ ਆਇਆ, ਲੱਕੀ ਜੀ ਕੱਲ੍ਹ ਮਾਮਲਾ ਸਾਹਮਣੇ ਆਇਆ, ਇਹ ਉੱਤੇ ਆਪਾਂ ਉਹ ਮਾਮਲਾ ਆਪਣੇ ਪ੍ਰੋਗਰਾਮ ਦੇ ਵਿੱਚ ਉਜਾਗਰ ਵੀ ਕੀਤਾ ਕੱਲ੍ਹ ਸਵੇਰ ਦੇ ਪ੍ਰੋਗਰਾਮ ਦੇ ਵਿੱਚ। ਮਾਮਲਾ ਇਹ ਸੀ ਕਿ ਪਰਵਿੰਦਰ ਕਤਨਾ ਜੀ ਨੇ ਇੱਕ ਜਾਣਕਾਰੀ ਮੰਗੀ ਸਰਕਾਰ ਦੇ ਕੋਲੋਂ ਕਿ ਪਿਛਲੇ ਜਾਣਕਾਰੀ ਉਹਨਾਂ ਨੇ ਆਰਟੀਆਈ ਦੇ ਰਾਹੀਂ ਮੰਗੀ, ਆਰਟੀਆਈ ਦੇ ਰਾਹੀਂ ਸਰਕਾਰ ਤੋਂ ਸਵਾਲ ਪੁੱਛਿਆ ਗਿਆ ਕਿ ਪਿਛਲੇ ਇੱਕ ਸਾਲ ਦੇ ਵਿੱਚ ਮੌਜੂਦਾ ਵਿਧਾਇਕਾਂ ਦੀ ਜਿਹੜੀ ਜਾਇਦਾਦ ਆ ਪਿਛਲੇ ਇੱਕ ਸਾਲ ਦੇ ਵਿੱਚ ਕਿੰਨੀ ਵਧੀ ਹੈ। ਬੜਾ ਸਿੰਪਲ ਸਵਾਲ ਸੀਗਾ, ਜਦ ਤੁਸੀਂ 5 ਸਾਲਾਂ ਬਾਅਦ ਆਰਟੀਆਈ ਜਾਂ ਤੁਸੀਂ ਜਿਹੜਾ ਐਫੀਡੈਵਿਟ ਦੇ ਰਾਹੀਂ ਚੋਣ ਕਮਿਸ਼ਨ ਨੂੰ ਦੱਸਦੇ ਆ, ਤਾਂ ਇੱਕ ਬੜੀ ਵਧੀਆ ਗੱਲ ਹੈ ਕਿ ਮੈਨੂੰ ਵੀ ਕੁਝ ਅਫਸਰਾਂ ਨੇ ਕਿਹਾ ਸੀ, ਕਹਿੰਦੇ ਕਿ ਤੁਸੀਂ ਇਹ ਕਰਕੇ ਦੇਖੋ, ਚਲੋ ਆਪਾਂ ਨਹੀਂ ਕੀਤਾ ਤਾਂ ਕਿਸੇ ਹੋਰ ਨੇ ਕਰ ਲਿਆ, ਪਰ ਬਹੁਤ ਵਧੀਆ ਜਾਣਕਾਰੀ ਮੰਗੀ ਗਈ ਸੀ। ਪਰ ਸਰਕਾਰ ਜਿਹੜੀ ਹੈ ਇਹਦਾ ਜਵਾਬ ਦੇਣ ਤੋਂ ਭੱਜ ਲਈ, ਉਹ ਕਹਿੰਦੇ ਜੀ ਇਹ ਤਾਂ ਉਹਨਾਂ ਦੀ ਨਿੱਜੀ ਜਾਣਕਾਰੀ ਹੈ ਅਤੇ ਇਸ ਕਰਕੇ ਅਸੀਂ ਇਸ ਬਾਰੇ ਖੁਲਾਸਾ ਨਹੀਂ ਕਰ ਸਕਦੇ। ਜੇ ਨਿੱਜੀ ਜਾਣਕਾਰੀ ਹੈ ਤਾਂ ਫਿਰ ਜਿਹੜੇ ਐਫੀਡੈਵਿਟ ਤੁਸੀਂ ਚਾੜ੍ਹਦੇ ਹੋ ਸਾਈਟ ਦੇ ਉੱਪਰ ਤਾਂ ਉਹ ਵੀ ਤਾਂ ਖੁਲਾਸੇ ਹੁੰਦੇ ਹੀ ਹੈ ਨਾ। ਔਰ ਦੂਜੇ ਪਾਸੇ ਹੁਣ ਨਵਾਂ ਮਾਮਲਾ ਜਿਹੜਾ ਸਾਹਮਣੇ ਆ ਗਿਆ, ਵੱਡੇ ਭਾਈ ਸਾਹਿਬ ਪੱਤਰਕਾਰ ਜਿਹੜੇ ਸੀਨੀਅਰ ਪੱਤਰਕਾਰ ਨੇ ਮਿੰਟੂ ਗੁਰੂਸਰੀਆ ਜੀ, ਉਹ ਅੱਜ ਫੇਸਬੁੱਕ 'ਤੇ ਲਾਈਵ ਹੋਏ ਅਤੇ ਉਹਨਾਂ ਨੇ ਜਿਹੜੀ ਜਾਣਕਾਰੀ ਸਾਂਝੀ ਕੀਤੀ, ਕਹਿੰਦੇ ਕਿ ਮੈਂ ਸਰਕਾਰ ਤੋਂ ਆਰਟੀਆਈ ਰਾਹੀਂ ਪੁੱਛਿਆ ਕਿ ਭਾਈ ਤੁਸੀਂ ਸਾਨੂੰ ਦੱਸੋ ਕਿ ਇਸ ਸਰਕਾਰ ਦੇ ਮੌਜੂਦਾ ਵਿਧਾਇਕ ਅਤੇ ਮੰਤਰੀਆਂ ਨੇ ਜਿਹੜੇ ਹੁਣ ਤੱਕ ਮੈਡੀਕਲ ਦੇ ਬਿੱਲ ਜਿਹੜੇ ਆ ਉਹ ਕਿੰਨੇ ਕਲੇਮ ਕੀਤੇ ਆ ਅਤੇ ਕਿੰਨੇ ਵਸੂਲ ਪਾਏ, ਯਾਨੀ ਕਿ ਕਿੰਨੇ ਬਿੱਲ ਜਿਹੜੇ ਦਿੱਤੇ ਹੋਏ ਆ, ਕਿੰਨੇ ਉਹਨਾਂ ਨੇ ਪੈਸੇ ਹੁਣ ਤੱਕ ਜਿਹੜੇ ਆ ਉਹ ਲੈ ਲਿਆ। ਕਹਿੰਦੇ ਕਿ ਸਰਕਾਰ ਇਹਦੇ ਤੋਂ ਭੱਜ ਲਈ, ਕਹਿੰਦੇ ਕਿ ਇਹ ਵੀ ਉਹਨਾਂ ਦੀ ਨਿੱਜੀ ਜਾਣਕਾਰੀ ਹੈ, ਇਹ ਵੀ ਜਿਹੜੀ ਆ ਅਸੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਨਹੀਂ ਸਕਦੇ। ਪਰ ਇਸ ਤੋਂ ਵੀ ਦਿਲਚਸਪ ਅਤੇ ਹੈਰਾਨੀ ਵਾਲੀ ਗੱਲ ਜਦੋਂ ਟਵਿਸਟ ਆਉਂਦਾ ਇਹਦੇ ਵਿੱਚ ਇਹ ਆਉਂਦਾ ਕਿ ਆਹ ਜਿਹੜੇ ਆਰਟੀਆਈ ਦੇ ਰਾਹੀਂ ਸਵਾਲ ਪੁੱਛੇ ਗਏ ਸੀ ਕਿ ਮੌਜੂਦਾ ਵਿਧਾਇਕਾਂ ਅਤੇ ਮੰਤਰੀਆਂ ਦੇ ਤੁਸੀਂ ਦੱਸੋ ਕਿ ਕਲੇਮ ਕਿੰਨੇ ਕੀਤੇ ਆ ਮੈਡੀਕਲ ਬਿੱਲਾਂ ਦੇ, ਅਤੇ ਮੈਡੀਕਲ ਬਿੱਲ ਜਿਹੜੇ ਦਿੱਤੇ ਕਿੰਨੇ ਆ, ਮਤਲਬ ਪੈਸੇ ਲੈ ਕਿੰਨੇ ਲਏ, ਜਾਂ ਫਿਰ ਵਿਧਾਇਕਾਂ ਦੀ ਜਾਇਦਾਦ ਕਿੰਨੀ ਵਧੀ ਹੈ। ਇਹ ਆਰਟੀਆਈ ਪਾਉਣ ਤੋਂ ਪਹਿਲਾਂ ਇਹ ਕੁਝ ਹੋਰ ਆਰਟੀਆਈਆਂ ਵੀ ਪਾਈਆਂ ਗਈਆਂ ਜਿਹਦੇ ਵਿੱਚ ਉਹਨਾਂ ਨੇ ਮਿੰਟੂ ਗੁਰੂਸਰੀਆ ਜੀ ਨੇ ਪੁੱਛਿਆ ਕਿ ਭਾਈ ਪਿਛਲੇ 2017 ਤੋਂ ਲੈ ਕੇ 2022 ਤੱਕ ਜਿਹੜੀ ਸਰਕਾਰ ਸੀ ਵਿਧਾਇਕ ਅਤੇ ਮੰਤਰੀਆਂ ਦੇ ਉਦੋਂ ਦੇ ਜਿਹੜੇ ਵਸੂਲ ਪਾਏ ਅਤੇ ਕਲੇਮ ਕੀਤੇ ਜਿਹੜੇ ਬਿੱਲ ਜਿਹੜੇ ਹੈ ਉਹਨਾਂ ਬਾਰੇ ਜਾਣਕਾਰੀ ਦਿੱਤੀ ਜਾਵੇ। ਪਿਛਲੀ ਸਰਕਾਰ ਦੇ ਵਿਧਾਇਕ ਅਤੇ ਮੰਤਰੀਆਂ ਦੇ ਜਿਹੜੇ ਮੈਡੀਕਲ ਬਿੱਲ ਜਿਹੜੇ ਕਲੇਮ ਕੀਤੇ ਜੇ ਵਸੂਲ ਪਾਏ ਜਿਹੜੇ ਆ ਉਹ ਦੱਸ ਦਿੰਦੀ ਆ ਸਰਕਾਰ, ਅਤੇ ਆਹ ਸਰਕਾਰ ਆ ਜਿਹੜੀ ਮੌਜੂਦਾ ਜਦੋਂ ਆਪਣੀ ਸਰਕਾਰ ਆ ਅਤੇ ਬਹੁਤੇ MLA ਜਿਹੜੇ ਆਪਣੇ ਆ 92 ਇਹਨਾਂ ਦੇ ਬਾਰੇ ਕੋਈ ਜਾਣਕਾਰੀ ਦੇਣ ਤੋਂ ਹੱਥ ਖੜ੍ਹੇ ਕਰ ਦਿੰਦੀ ਹੈ, ਕਹਿੰਦੇ ਕਿ ਇਹ ਉਹਨਾਂ ਦੀ ਨਿੱਜੀ ਜਾਣਕਾਰੀ ਹੈ। ਜੇ ਨਿੱਜੀ ਜਾਣਕਾਰੀ ਹੈ ਤਾਂ ਫਿਰ ਪਿਛਲੀ ਸਰਕਾਰ ਵਾਲੇ MLA ਦੀ, ਪਿਛਲੀ ਸਰਕਾਰ ਵਾਲੇ ਮੰਤਰੀਆਂ ਦੀ ਕਿਉਂ ਜਾਣਕਾਰੀ ਸਾਂਝੀ ਕੀਤੀ ਗਈ? ਜਾਣਕਾਰੀ ਸਿਰਫ ਮੈਡੀਕਲ ਬਿੱਲ ਕਲੇਮ ਜਾਂ ਫਿਰ ਵਸੂਲ ਪਾਏ ਦੇ ਹੀ ਨਹੀਂ ਦਿੱਤੀ ਗਈ। ਮਿੰਟੂ ਗੁਰੂਸਰੀਆ ਕਹਿੰਦੇ ਕਿ ਜਾਣਕਾਰੀ ਸਾਨੂੰ ਪਿਛਲੀ ਸਰਕਾਰ ਵਾਲੇ ਵਿਧਾਇਕਾਂ ਅਤੇ ਮੰਤਰੀਆਂ ਦੀ ਇਹ ਵੀ ਦਿੱਤੀ ਗਈ ਕਿ ਕਿਹੜੇ ਵਿਧਾਇਕ ਨੇ ਕਿੰਨਾ ਲੋਨ ਲਿਆ ਅਤੇ ਹੋਰ ਕੁਝ ਕੀ ਕੁਝ ਕੀਤਾ, ਕਦੋਂ ਕਦੋਂ ਲਿਆ ਲੋਨ, ਕਹਿੰਦੇ ਇਹ ਵੀ ਸਾਨੂੰ ਜਾਣਕਾਰੀ ਦਿੱਤੀ ਪਿਛਲੀ ਸਰਕਾਰ ਵਾਲਿਆਂ ਦੀ, ਕਾਂਗਰਸ ਸਰਕਾਰ ਵਾਲਿਆਂ ਦੀ। ਪਰ ਕਹਿੰਦੇ ਆਪਣੀ ਸਰਕਾਰ ਵਾਲਿਆਂ ਦੀ ਜਾਣਕਾਰੀ ਦੇਣ ਤੋਂ ਸਰਕਾਰ ਜਿਹੜੀ ਉਹ ਭੱਜ ਰਹੀ ਹੈ, ਯਾਨੀ ਕਿ ਕਿਸੇ ਵੀ ਤਰੀਕੇ ਦੀ ਜਾਣਕਾਰੀ
नहीं दिती जा रही, आर टी आई भी नहीं जी जवाब दी जा रही। कई बार अगे ये हों कि यार जो कोई सवाल नहीं ना दिता, जो अफसर कोई बंदा सरकारी अधिकारी जो कोई किसी गल का जवाब नहीं दिता, अगला कहता यार आर टी आई राही पुछ लो, आर टी आई राही पुछ के फिर असी खुलासे करांगे। पर हुण नवा ही ट्रेंड जिहड़ा चल पिया, ये भी 70 साल पहली बार वाली गल ही है, मतलब ये हर चीज़ करके कह देंगे कि 70 साल पहली बार हुई है, 70 साल पहली बार हुई है, और जिहड़े माड़े काम इस सरकार दे विच हो रहे आ वो भी 70 साल पहली बार होने वाली जिहड़ी गल सामने आ रही है। यानी कि ये लोगों का जिहड़ा राइट टू इनफॉर्मेशन एक्ट जिहनूं आपां कह दें है ना, इनू आप कह दें हूँ राइट जिदा जिहड़े एक्ट का ना ही राइट हो जे उ राइट नहीं उन्होंने मिल रहा तो बड़ी हैरानी की गल आ। जबकि खुद मैं फिर उही गल कर रहा, जबकि खुद अरविंद केजरीवाल देश के प्रसिद्ध आर टी आई एक्टिविस्टा के रहे हैं, सब तो व्डे आर टी आई एक्टिविस्ट जे मैं कह तो गलत ही नहीं होगा। जे तुसी पिछलियां सरकारां दे वेरवे आर टी आई दे राही सांझे कर सकते हैं तो उही वेरवे जे इस सरकार दे पुछे जा रहे तुहानू तो वह क्यों ये गल कही जा रही है कि इन्हां दे निजी है, ना जायदादों का वेरवा दिता जा रहा कि पिछले एक साल के कितनी जायदाद जिहड़ी है होने वाले विधायकों की वध चुकी है, ना जिहड़ा मैडिकल बिलों का दसाया जा रहा। घट्टो घट सरकार यही कह दे कि भाई साडे विधायकों ते मंत्रियों के उपर कोई खर्चा नहीं होया, क्योंकि असी जिहड़े आ मैं जिहड़े महला क्लीनिक बना दिते सीगे ते साडे सारे मंत्रियों ते सारे विधायकों ने उत्थे जा के जिहड़े इलाज करा लिया ते इस करके जिहड़े आ कोई बिल जिहड़ा उह बणिया ही नहीं। इह कह दिंदी सरकार जे हाथी खड़े करने से ही तो घट्टो घट यह गल कह दिंदी सरकार, घट्टो घट ये तो ना ना कहिंदे भी असी निजी जानकारी करके दे ही नहीं सकते। जे बचना ही सी जे सच्चाई दसनी ही नहीं सी तो फिर ये गल कह देंगे कि भाई महला क्लीनिक दे विचों सारे ने इलाज करा लिया, उते इलाज जिहड़े फ्री होए आ, किसी का जिहड़ा कोई भी मतलब पैसा लग्या ही नहीं। मतलब समझो बाहर गल है कि इन जानकारियां तो सरकार जिहड़ी वो भज क्यों रही है, इन जानकारियां तो इस तरीके नाल भज्जियां सरना नहीं, किन्ना क टाइम भज लैणगे ये लोग जिहड़े आ उह सब कुछ जाणदे आ। तां हुण देखो जे शायद दस दिंदे वी भाई इदां इदां दा करके आ खर्चा जिहड़ा आया तो शायद इन्ना रौला रप्पा ना पैंदा, पर हुण जिहड़ा रौला रप्पा बहुत पै गया। यानी कि हैरानी वाली गल है कि पिछलियां सरकारां दे विधायकां ने तां लोन तक भी जानकारी दित्ती जा रही है कि आ लोन इन्ने इन्ने टाइम ते इन्हां ने लिया ते उदों इन्हां ने आ मैडिकल बिल दे के पैसे वसूल पाए आ, पर अपनी सरकार दे विधायकां ने जिहड़ा दस्सिया नहीं जा रहा। समझो बाहर गल है, यानी कि मतलब कोई शब्द नहीं सरकार नूं इस मामले ते कहण वास्ते। नहीं बहुत बड़ा वैसे आर टी आई दा बड़ा जिवें तुसीं दस्सिया गा बहुत बड़ा जो एक अधिकार मिलिया सीगा ते पारदर्शिता की गल करते आ रहे थे गल करिए आपां सीएम साहब भगवंत सिंह मान लगातार पारदर्शिता की गल कर रहे भी साडी सरकार पारदर्शित है, जिन्ना पैसा आया जिन्ना गया असी सारा दस रहे हैं। फिर की कारण है भी ये क्योंकि एक साल के नहीं हो सकता भी अरबा खरबा के बिल हो गए, फिर आखिर इन्होंने बिलों को लुकाने की लड़ कित क्यों पै रही है सरकार? लड़ इस करके पै रही है कि लोग कहेंगे, आपको चेता होगा कि आप जी गल की शायद काफ़ी टाइम हो गया तो उदो गल की कि इन एक विधायक नरेंद्र कौर भराज वह भी जो दाखिल होए जाके तो महला क्लीनिका च नहीं दाखिल होए, किसी होर हस्पताल के होए दाखिल, कुछ होर भी इन्हों जे है इन खुद मुख्यमंत्री भगवंत मान जो दाखिल होए जाके दिल्ली तो जो इन्होंने वेई नदी तो पानी पीता उदों भी जोड़े वो दिल्ली दाखिल होए, उत्थे दिल्ली के महला क्लीनिका के जाके दाखिल हो जाते तो फिर आप देखते आप खुद जाके व्डे प्राइवेट हस्पताों के दाखिल होए। तो खुलासे जोड़े ये हो जाने हैं लखविंदर जी जे बिल देंदे है कि लोगों तो भगवंत मान जी ये कहें कि इन्ने लख बंदा ठीक होकर चलिया गया जी महला क्लीनिका के तो अपने विधायकों के इन्ने महंगे महंगे इलाज हो रहे, अपने मंत्रियों के इन्ने महंगे महंगे इलाज हो रहे हैं, ये भी लोगों के सामने जी गल सामने आ जानी सी। सो इस हो सकता कि इस करके जिहड़ा ना दस्सिया जा होवे हुण इन्हां दे उही गल हो गई कि सप्प दे मूँह दे विच कूड़ करले वाली गल आ, ना वह निगल सकता तो ना उन्हां नूं जिहड़ा उह थुक्किया जा सकता, तो हुण जे इन्हां ने लुको लिया तो फसे ते भी गए आ तो फसे करके आप ये गल कर रहे हैं, तो जे ना लुकाउंदे तो फसना फिर भी सी। सो इस करके इन्होंने जिहड़ा मैनूं लगदा लुकोया लुकाउणा ही बेहतर समझिया, पर मैनूं लगदा कि लुकोया भी जिहड़ी उह गल बणनी। सो आपां फिर कह सकदे हां भी जिहड़ी इह बिल लुकोए गए ने भी मोटियां रकमां ने जिहड़ियां जिहड़ी और गल कर सकते पैसों की, जिहदी पैसों की गल भगवंत सिंह मान अक्सर कहिंदे ने भी असीं VIP कल्चर खत्म करांगे, क्योंकि लोगों का पैसा है लोगों ते ही लगना चाहिए। तो दूसरे पासे बिल मोटे क्योंकि जो छोटे मोटे तो नैचुरली गल भगवंत सिंह मान ने जा हो सकता है हुण ये तो हुण आपां कह नहीं सकते कि मोटे आ कि छोटे आ, पर जे
मतलब जायज़ सी तां फिर दसना चाहिए सी सरकार नूं लुकाउण दी की गल है। जे पिछली सरकार दे विधायकां मंत्रियां दे दसे जा सकदे आ, लोन तक दसे जा सकदे आ, मैं फिर उही गल कह रहा कि पिछलियां सरकारां दे तां विधायकां दे मंत्रियां दे तुसीं लोन तक दस दिओ कि भाई आह आह मंत्री ने आह आह विधायक ने उस समय आह लोन लिया सीगा ते आह विधायक ने मैडिकल बिल लै ले। जे तुसीं पिछली सरकार दे दस सकदे हो तो फिर अपनी सरकार दे तुसीं क्यों कहने कि भाई निजी जानकारी है, तो फिर सवाल तो जिहड़े खड़े हुंदे ही आ लखविंदर जी, कोई ना कुछ दाल दे विच काला हैगा जी। धन्नवाद सिद्धू साहब, धन्नवाद। सो जो पंजाब सरकार है पारदर्शिता की गल कर रही है, जिवें पहलां भी कहा सीगा, लेकिन हुण पारदर्शिता तो भजदी हुई नज़र आ रही है। वह पैसा वह लोगों के ਘਰਾਂ ਦੇ ਉੱਪਰੋਂ ਇਕੱਠਾ ਕੀਤਾ ਹੋਇਆ ਟੈਕਸਲਾਂ ਦਾ ਪੈਸਾ, ਜਿਨ੍ਹਾਂ ਦੀ ਗੱਲ ਭਗਵੰਤ ਸਿੰਘ ਮਾਨ ਪਹਿਲਾਂ ਜਦੋਂ ਸੱਤਾ ਵਿੱਚ ਨਹੀਂ ਸੀ ਉਹਦੇ ਬੜੇ ਵੱਡੇ ਅਹਿਮ ਬਿਆਨ ਆਉਂਦੇ ਸੀ ਵੀ ਇਹ ਪੈਸਾ ਨੂੰ ਦੱਸਿਆ ਜਾਵੇ ਵੀ ਕਿੱਥੇ ਲੱਗ ਰਿਹਾ ਹੈ। ਗੱਲ ਕਰੀਏ ਅਕਾਲੀ ਦਲ ਬਾਦਲ ਨੂੰ ਬੜਾ ਟਾਰਗੇਟ ਕਰਦੇ ਸੀ ਵੀ ਉਹਨਾਂ ਦੇ ਜਿੰਨੇ ਵੀ ਮੰਤਰੀ ਵਿਧਾਇਕ ਨੇ ਉਹ ਭਾਈ ਅਮੈਰੀਕਾ ਕਨੇਡਾ ਕਿਉਂ ਜਾਂਦੇ ਨੇਗੇ। ਹੁਣ ਚਰਨਜੀਤ ਸਿੰਘ ਚੰਨੀ ਦੀ ਗੱਲ ਕਰੀਏ, ਉਹਨਾਂ ਨੂੰ ਵੀ ਟਾਰਗੇਟ ਕੀਤਾ ਗਿਆ ਸੀ ਅਮੈਰੀਕਾ ਵੀ ਆਪਦੇ ਆਪ ਨੂੰ ਗਰੀਬ ਕਹਾਉਂਦੇ ਨੇ, ਆਮ ਕਹਾਉਂਦੇ ਨੇ, ਲੇਕਿਨ ਅਮੈਰੀਕਾ ਦੇ ਵਿੱਚ ਜਾ ਕੇ ਟ੍ਰੀਟਮੈਂਟ ਕਰਵਾ ਰਹੇ ਨੇ। ਲੇਕਿਨ ਜਦੋਂ ਹੁਣ ਉਹਨਾਂ ਦੇ ਵਿਧਾਇਕਾਂ ਦੀ ਗੱਲ ਹੋਈ, ਉਹਨਾਂ ਦੇ ਮੰਤਰੀਆਂ ਦੀ ਗੱਲ ਹੋਈ ਕਿ ਆਖਰ ਤੁਸੀਂ ਵੀ ਤਾਂ ਜਨਤਾ ਦੇ ਪੈਸੇ ਦੇ ਨਾਲ ਇਲਾਜ ਕਰਾਇਆ, ਕਿੰਨੇ ਬਿੱਲ ਬਣੇ ਸੀ, ਕਿੰਨੇ ਤੁਹਾਨੂੰ ਕਲੇਮ ਕੀਤੇ ਗਏ ਨੇ ਅਤੇ ਕਿੰਨੇ ਤੁਸੀਂ ਵਾਪਸ ਕਰ ਦਿੱਤੇ ਨੇ ਪੈਸੇ ਉਹਨਾਂ ਨੂੰ, ਭਾਵ ਕਿ ਰਿਫੰਡ ਕੀਤੇ ਨੇ ਬਿੱਲਾਂ ਨੂੰ। ਇਸ ਬਾਰੇ ਆਰਟੀ ਜੋ ਕਿ ਅਹਿਮ ਆਮ ਜਨਤਾ ਨੂੰ ਇੱਕ ਅਧਿਕਾਰ ਮਿਲਿਆ ਹੋਇਆ ਹੈਗਾ ਕਾਨੂੰਨ ਮੁਤਾਬਕ, ਉਸਦੀ ਵੀ ਉਲੰਘਣਾ ਕਰਦੀ ਸਰਕਾਰ ਨਜ਼ਰ ਆਈ ਹੈਗੀ, ਜਿੱਥੇ ਕਿ ਹੁਣ ਡਿਨਾਏ ਕਰਦੇ ਆਏ ਨੇ ਕਿ ਇਸ ਆਰਟੀਆਈ ਦੇ ਐਕਟ ਨੂੰ ਵੀ ਡਿਨਾਏ ਕੀਤਾ ਗਿਆ, ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ, ਇਹ ਕਹਿੰਦੇ ਹੋਏ ਕਿ ਇਹ ਨਿੱਜਤ ਹੈ, ਇਹ ਪ੍ਰਾਈਵੇਸੀ ਹੈ, ਪ੍ਰਾਈਵੇਸੀ ਖਤਮ ਨਹੀਂ ਕੀਤੀ ਜਾ ਸਕਦੀ। ਆਖਿਰ ਉਹ ਨਿੱਜਤਾ ਕਿਵੇਂ ਹੋ ਸਕਦੀ ਹੈ ਜਿਹੜੀ ਲੋਕਾਂ ਦੇ ਪੈਸੇ ਦੇ ਨਾਲ ਇਲਾਜ ਕਰਾਇਆ ਗਿਆ, ਜਿਸ ਮਾਮਲੇ ਦੇ ਵਿੱਚ ਲੋਕਾਂ ਦਾ ਪੈਸਾ ਖਰਚ ਕੀਤਾ ਗਿਆ ਹੋਵੇ ਉਹ ਨਿੱਜੀ ਕਿਵੇਂ ਹੋ ਸਕਦਾ? ਇਹ ਜ਼ਿਆਦਾ ਸ਼ਾਇਦ ਸਰਕਾਰ ਹੀ ਦੱਸ ਸਕਦੀ, ਆਮ ਆਦਮੀ ਪਾਰਟੀ ਦੇ ਜੋ ਨੁਮਾਇੰਦੇ ਨੇ ਉਹ ਦੱਸ ਸਕਦੇ ਨੇ। ਲੇਕਿਨ ਇੱਕ ਵੱਡਾ ਸਵਾਲ ਕਿ ਆਰਟੀ ਦੇ ਆਰਟੀ ਦੇ ਐਕਟ ਦੇ ਅਧੀਨ ਵੀ ਅਸੀਂ ਕਿ ਹੁਣ ਸਰਕਾਰ ਤੋਂ ਸਵਾਲ ਨਹੀਂ ਪੁੱਛ ਸਕਦੇ, ਇੱਕ ਵੱਡਾ ਮਸਲਾ ਗਾ। ਜ਼ਿਆਦਾ ਜਾਣਕਾਰੀ ਦੇ ਲਈ ਬਣੇ ਰਹੋ ਰੋਜ਼ਾਨਾ ਲੋਕ ਨਾਲ ਟੀ ਵੀ ਦੇ ਨਾਲ।